ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। जी हाँ, एक बार फिर तो स्वागत है प्रोग्राम रंगला पंजाब दे विच। मैं तुहाडा दोस्त ते होस्ट हर्ष चावला, ठीक 11 बजे तक तुहाडा साडा साथ रहेगा जी। ते आओ फिर हुण गल्लां बातां करिए जौल साहब नाल, जो साडे नाल इस वेले लाइव हॉटलाइन ते जुड़ चुके ने, तो उन्हां दा स्वागत करदे आ। जौल साहब, अ वेरी वेरी गुड मॉर्निंग जी, सत श्री अकाल। करिए इस खबर नू पढ़दे ही थोड़ी जी सानू कह लो कि चा चढ़ गया सी कि चलो भी जेडे 5-10 साल दे जेडे वीजे और रीइंस्टेट कीते गए ने, परंतु फिर उस तो बाद ਤੁਹਾਡੀ ਘੰਟੀ ਵੱਜ ਗਈ ਜੀ। ਤੇ ਸਿਰਫ ਜਿਹੜੇ ਮਾਰਚ 2020 ਤੋਂ ਪਹਿਲਾਂ ਵਾਲੇ ਆ ਉਹ ਰੱਦ ਕੀਤੇ ਗਏ ਨੇ, ਹੁਣ ਜਿਹੜੇ ਹੋਣਗੇ ਉਹ ਮੰਨੇ ਜਾਣਗੇ ਜੀ। ਯੈਸ ਅਰਸ਼, ਦੇਖੋ ਵੀ ਇਹ ਕੋਵਿਡ ਕਰਕੇ ਪਿਛਲੇ 2 ਸਾਲਾਂ ਤੋਂ ਜਿਹੜੀ ਇੰਡੀਆ ਜਾਣ ਚ ਰੁਕਾਵਟ ਹੈ, ਖੱਜਲ ਖੁਆਰੀ ਹੈ, ਇਹ ਜਾਣੀ ਕੱਲ ਜੋ ਐਲਾਨ ਹੋਇਆ ਉਹਦੇ ਵਿੱਚ ਕੈਨੇਡਾ ਦੇ ਲੋਕਾਂ ਨੂੰ ਰਾਹਤ ਨਹੀਂ ਹੈ। ਸੋ ਇਸ ਤਰ੍ਹਾਂ ਜੀ ਵੀ ਹੁਣ 156 ਦੇਸ਼ਾਂ ਦੇ ਵਿੱਚ ਅਮਰੀਕਾ ਸ਼ਾਮਲ ਹੈ, ਦੱਖਣੀ ਅਮਰੀਕਾ ਦੇ ਦੇਸ਼ ਸ਼ਾਮਲ ਹੈ, ਸਾਰੀ ਦੁਨੀਆ ਦੇ ਦੇਸ਼ ਸ਼ਾਮਲ ਹੈ ਜੀ, ਪਰ ਕੈਨੇਡਾ ਸ਼ਾਮਲ ਨਹੀਂ ਹੈ। ਹਾਂਜੀ, ਸੋ ਇਸ ਕਰਕੇ ਇਹ ਹੈ ਜੀ ਵੀ ਜਿੱਥੇ US ਵਾਸਤੇ ਮਤਲਬ ਉਹਨਾਂ ਨੇ 10 ਸਾਲ ਦਾ ਵੀਜ਼ਾ ਵੀ ਰੀਇੰਸਟੇਟ ਕਰ ਦਿੱਤਾ ਜੀ, ਉਹਨਾਂ ਦਾ ਈ ਵੀਜ਼ਾ ਵੀ ਰੀਇੰਸਟੇਟ ਕਰ ਦਿੱਤਾ, ਤੇ ਪਰ ਈ ਵੀਜ਼ਾ ਨਵੇਂ ਸਿਰੋਂ ਵੀ US ਸਿਟੀਜ਼ਨਸ ਲਈ ਖੁੱਲਾ ਆ। ਪਰ ਹੁਣ ਇਹ ਸਭ ਕੁਛ ਜਾਣੀ ਕਿ ਜਿਸ ਤਰੀਕੇ ਦੇ ਨਾਲ ਕੱਲ ਤੋਂ ਘੱਟ ਵਾਪਰ ਰਿਹਾ ਵੀ ਕੈਨੇਡਾ ਦੇ ਵਿੱਚ ਜਿਹੜੇ ਭਾਰਤੀ ਮੂਲ ਦੇ ਲੋਕ ਆ ਸਪੈਸ਼ਲੀ, ਉਹਨਾਂ ਦੇ ਮਨਾਂ ਦੇ ਵਿੱਚ ਇੱਕੋ ਹੀ ਸਵਾਲ ਉਪਜ ਰਿਹਾ ਵੀ ਏਦਾਂ ਕੈਨੇਡਾ ਦੇ ਨਾਗਰਿਕਾਂ ਨਾਲ ਕਿਉਂ, ਹਨਾ, ਤੇ ਵੀ ਕਿਉਂਕਿ ਕਿੰਨੀਆਂ ਵੱਡੀਆਂ ਇਹ ਦੁਸ਼ਵਾਰੀਆਂ ਤੇ ਖਰਚਿਆਂ ਦੇ ਨਾਲ ਜੁੜੀ ਹੋਈ ਗੱਲ ਆ। ਇਹਦੇ ਨਾਲ ਨੈਚੁਰਲੀ ਆ ਵੀ ਜਿਹੜੇ ਭਾਰਤ ਦੇ ਐਮਬੈਸੀ ਆ, ਕੌਂਸੂਲੇਟ ਜਨਰਲ ਆ, ਵੀ ਉਹਨਾਂ ਦੇ ਸਟਾਫ ਤੇ ਕਿੰਨਾ ਵੱਡਾ ਕੰਮ ਦਾ ਬੋਝ ਹੈ ਜੀ ਲੋਕਾਂ ਨੂੰ, ਜਾਣੀ ਕਿ ਆਪਾਂ ਦੇਖ ਰਹੇ ਹਾਂ। ਪਰ ਹਾਲ ਦੀ ਘੜੀ ਜਾਣੀ ਸਥਿਤੀ ਇਹੀ ਆ ਜੀ ਵੀ ਕੱਲ ਤੋਂ ਅਸੀਂ ਅਮਰੀਕਾ ਦੇ ਵਿੱਚ ਜੋ ਭਾਰਤ ਦੇ ਕੌਂਸੂਲੇਟ ਜਨਰਲ ਐਮਬੈਸੀਜ਼ ਆ ਉਹਨਾਂ ਦੀਆਂ ਪ੍ਰੈਸ ਰਿਲੀਜ਼ ਦੇਖ ਰਹੇ ਹਾਂ, ਕੈਨੇਡਾ ਦੇ ਵਿੱਚ ਜੋ ਸਾਡੇ ਭਾਰਤ ਦੇ ਕੌਂਸੂਲੇਟ ਜਨਰਲ ਹੈ ਉਹਨਾਂ ਦੀਆਂ ਪ੍ਰੈਸ ਰਿਲੀਜ਼ ਦੇਖ ਰਹੇ ਹਾਂ ਜੀ। ਹੁਣ ਜੋ ਟੋਰੋਂਟੋ ਤੇ ਵੈਨਕੂਵਰ ਦੇ ਵਿੱਚ ਭਾਰਤੀ ਕੌਂਸੂਲੇਟ ਆਇਆ ਉਹਨਾਂ ਦੀ ਜਿਹੜੀ ਪ੍ਰੈਸ ਰਿਲੀਜ਼ ਆ ਉਹ ਇੰਨ ਬਿੰਨ ਸੇਮ ਆ। ਉਧਰ ਜਿਹੜੇ ਨਿਊਯਾਰਕ ਤੇ ਸੈਨ ਫਰਾਂਸਿਸਕੋ ਚ ਭਾਰਤ ਦੇ ਕੌਂਸੂਲੇਟ ਜਨਰਲ ਆ ਉਹਨਾਂ ਦੀ ਪ੍ਰੈਸ ਰਿਲੀਜ਼ ਵੀ ਸੇਮ ਹੈ। ਫਰਕ ਜਾਣੀ ਜ਼ਮੀਨ ਅਸਮਾਨ ਦਾ ਆ ਦੋਨਾਂ ਦੇਸ਼ਾਂ ਦੀਆਂ ਜੇ ਇਹ ਪ੍ਰੈਸ ਰਿਲੀਜ਼ਾਂ ਦੇ ਵਿੱਚ ਦੇਖਿਆ ਜਾਵੇ, ਵੀ ਅਮਰੀਕਾ ਵਾਸਤੇ ਸਭ ਕੁਛ ਖੁੱਲਾ ਕਹਿ ਲਓ ਦਰਵਾਜ਼ੇ, ਪਰ ਕੈਨੇਡਾ ਵਾਸਤੇ ਜਾਣੀ ਕਿ ਢੋਏ ਹੋਏ ਨੇ। ਹੁਣ ਇਹ ਕੈਨੇਡਾ ਦੇ ਜਿਹੜੇ ਸਿਟੀਜ਼ਨਸ ਨੂੰ ਆਲਰੇਡੀ ਅਰਸ਼ 10 ਸਾਲ ਦੀ ਮਿਆਦ ਵਾਲੇ ਇਹ ਵੀਜ਼ਾ ਦਿੱਤੇ ਹੋਏ ਨਾ ਉਹ ਸਸਪੈਂਡ ਰੱਖੇ ਜਾ ਰਹੇ ਆ, ਹਨਾ, ਤੇ ਇਹਦੇ ਨਾਲ ਹੀ ਲੱਗਦਾ ਇਹ ਆ ਵੀ ਜੇ ਲੋਕ ਅਪਲਾਈ ਕਰਨਗੇ ਤੇ 10 ਸਾਲ ਦਾ ਜਾਣੀ ਵੀਜ਼ਾ ਉਹਨਾਂ ਨੂੰ ਨਹੀਂ ਹਾਲ ਦੀ ਘੜੀ ਨਵੇਂ ਸਿਰੇ ਦਿੱਤਾ ਜਾਊਗਾ, ਤੇ ਨਵਾਂ ਵੀਜ਼ਾ ਜਾਣੀ ਕਿ ਜਿਹੜਾ ਜੀ ਵੀ ਉਹ ਐਂਟਰੀ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਜੀ, ਜਾਂ ਟੂਰਿਸਟ ਵੀਜ਼ਾ ਅਪਲਾਈ ਕੀਤਾ ਜਾ ਸਕਦਾ। ਆਨਲਾਈਨ ਜਿਹੜੀ ETA ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਇਲੈਕਟ੍ਰੋਨਿਕ ਟਰੈਵਲ ਆਥੋਰਾਈਜੇਸ਼ਨ, ਜਾਂ ਫਿਰ ਜਿਹਨੂੰ ਆਪਾਂ ਈ ਵੀਜ਼ਾ ਕਰਕੇ ਜਾਣਦੇ ਹਾਂ, ਉਹ ਨਾ ਤੇ ਕੈਨੇਡਾ ਦੇ ਸਿਟੀਜ਼ਨਸ ਦੀ ਜਿਹੜੀ ਆਲਰੇਡੀ ਇਸ਼ੂ ਹੋਈ ਆ ਉਹ ਰੀਇੰਸਟੇਟ ਕੀਤੀ ਗਈ ਆ, ਤੇ ਨਾ ਉਹ ਜਾਣੀ ਨਵੇਂ ਸਿਰਿਓਂ ਹੀ ਆਨਲਾਈਨ ਅਪਲਾਈ ਕਰਨ ਦੀ ਫੈਸਿਲਿਟੀ ਦਿੱਤੀ ਗਈ ਆ। ਸੋ ਕਹਿਣ ਦਾ ਮਤਲਬ ਵੀ ਪੇਪਰ ਵੀਜ਼ਾ ਹੀ ਸਟਿੱਕਰ ਵਾਲਾ ਵੀਜ਼ਾ ਪਾਸਪੋਰਟ 'ਚ ਲਵਾਉਣ ਲਈ ਐਪਲੀਕੇਸ਼ਨ ਪ੍ਰੋਸੈਸ ਦੇ ਥਰੂ ਜਾਣਾ ਪਊਗਾ। ਸੋ ਹੁਣ ਇਹਦੇ ਵਿੱਚ ਇਹ ਆ ਜੀ ਵੀ ਜੇ ਟੋਰੋਂਟੋ ਤੇ ਜਿਹੜੀ ਪ੍ਰੈਸ ਰਿਲੀਜ਼ ਹੋਈ ਆ ਜਾਂ ਵੈਨਕੂਵਰ ਤੋਂ ਹੋਈ ਆ, ਆਮ ਤੌਰ ਤੇ ਲੋਕਾਂ ਨੂੰ ਅਪਲਾਈ ਕਰਨ ਤੋਂ ਬਾਅਦ ਹੁੰਦਾ ਵੀ ਮੈਂ ਟਿਕਟ ਬੁੱਕ ਕੀਤੀ ਆ, ਫਟਾਫਟ ਮੇਰਾ ਪਾਸਪੋਰਟ ਨਹੀਂ ਆਇਆ। ਉਹਨਾਂ ਨੇ ਉਹਦੇ ਵਿੱਚ ਸਾਫ਼ ਹੀ ਅਰਸ਼ ਲਿਖ ਦਿੱਤਾ ਵੀ ਇਹ ਐਪਲੀਕੇਸ਼ਨ ਪ੍ਰੋਸੈਸ ਕਰਨ ਨੂੰ 30 ਦਿਨ ਦਾ ਸਮਾਂ ਚਾਹੀਦਾ, 1 ਮਹੀਨਾ। ਇੱਕ ਮਹੀਨਾ ਜੇ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਇੰਡੀਆ ਦਾ, ਅੱਜ ਅਪਲਾਈ ਕਰਨਾ ਤੇ 30 ਦਿਨ ਦਾ ਜਿਹੜਾ ਜੀ ਵੀ ਉਹ ਪ੍ਰੋਸੈਸ ਕਰਨ ਦਾ ਟਾਈਮ ਹੈ।
मतलब उस तो बाद दी टिकट बनाओ, संदेश यह लगता है ये नाल ही। जे टूरिस्ट वीजा 30 दिन वाला नहीं, एंट्री वीजा चाहिए भाव के उत्थे ज्यादा देर रहना, प्रोसेस डिफरेंट है, उसकी डाकूमेंटेशन डिफरेंट है, बल्ले बल्ले उसके 45 दिन चाहिए, 1.5 महीना। ठीक है, अज अपलाई करोगे तो 1.5 महीने आस रखियो पजाणी मिलेगा। सो तद करके है जी भी ये हुण कारण कोई स्पष्ट नहीं किया गया भी रीजन की आ। कारण तो बहुत सिंपल है जोल साहब, ट्रूडो साहब ते मोदी साहब की तो बंद ही नहीं, बाइडन साहब ते मोदी साहब की तो कह लो कि जय वीरू वाली जोड़ी है, उन्होंने तो मिलेगी मिलेगी। जिदा आप एयर इंडिया दी या जो एयर कैनेडा दी डायरेक्ट फ्लाइट अमृतसर तो असी पटिशन पाया, सानू भी पटिशन पाना चाहिए बिकॉज वी आर पंजाबी माँ बोली, पंजाबी लोग इतने पंजाब तो किन्ने आए ने, वी आर साड़ी थर्ड लैंगुएज ही चौथी लैंगुएज ही पंजाबी है जी। सो आई थिंक दिस इज रोंग। अर्श आपां कहिंदे वी लोकतंत्र लोकां वास्ते, ਵੀ ਜੇ ਹੁਣ ਲੀਡਰਾਂ ਦੀ ਨਹੀਂ ਬਣਦੀ ਤੇ ਸਜ਼ਾ ਲੋਕਾਂ ਨੂੰ ਕਾਹਦੇ ਲਈ ਹੈ? ਇਹ ਵੀ ਗੱਲ ਸਹੀ ਹੈ ਹਨਾ, ਲੀਡਰਾਂ ਦੀ ਨਹੀਂ ਬਣਦੀ ਠੀਕ ਹੈ, ਲੋਕਤੰਤਰ ਦੇ ਵਿੱਚ ਆਪਣੀ ਆਵਾਜ਼ ਉਠਾਈ ਜਾ ਸਕਦੀ ਆ। ਵੀ ਜੇ ਕਿਸਾਨਾਂ ਦੇ ਅੰਦੋਲਨ ਵੇਲੇ ਕੈਨੇਡਾ ਅਮਰੀਕਾ ਦੇ ਵਿੱਚ ਆਵਾਜ਼ ਸੀ ਹਨਾ, ਤੇ ਉਸ ਤਰੀਕੇ ਦੇ ਨਾਲ ਇਹ ਹੈ ਜੀ ਵੀ ਜੋ ਵੀ ਜਾਣੀ ਇਹਦੇ ਵਿੱਚ ਹੁਣ ਲੁਕੇ ਹੋਏ ਕਾਰਨ ਹੋਣ ਜਿਹੜੇ ਕਿ ਮੰਨੇ ਦੱਸੇ ਤਾਂ ਨਹੀਂ ਜਾਂਦੇ, ਪਰ ਵੀ ਹੁਣ ਜੇ ਸਾਊਥ ਅਮੈਰੀਕਾ, ਅਫਰੀਕਾ, ਏਸ਼ੀਆ ਉਹਨਾਂ ਸਾਰੇ ਦੇਸ਼ਾਂ ਲਈ ਆਪਾਂ ETA ਵੀ ਦੇ ਰਹੇ ਹਾਂ ਸਾਰੇ, ਜਾਂ ਕਹਿ ਲਓ 94 ਤੇ 156 ਕੋਈ ਥੋੜੇ ਆ, 200 ਦੇ ਕਰੀਬ ਤਾਂ ਸਾਰੀ ਦੁਨੀਆਂ 'ਚ ਹੀ ਦੇਸ਼ ਆ ਜੀ। ਵੀ ਉਹਦੇ ਵਿੱਚ ਜੇ ਕੈਨੇਡਾ ਨਹੀਂ ਹੈਗਾ, ਗੁਆਂਢੀ ਮੁਲਕ ਅਮਰੀਕਾ ਹੈਗਾ, ਤੇ ਇਹਦੇ ਰੀਜ਼ਨਸ ਵੈਸੇ ਸਪਸ਼ਟ ਹੋਣੇ ਚਾਹੀਦੇ ਆ, ਕਿਉਂਕਿ ਇੱਥੇ ਹੁਣ ਪੋਲੀਟੀਕਲੀ ਤੇ ਆਪਾਂ ਦੇਖਦੇ ਹਾਂ ਵੀ ਚਲੋ ਇਕੱਲੀ ਪੰਜਾਬੀ ਕਮਿਊਨਿਟੀ ਨਹੀਂ ਆ, ਸਾਰੇ ਭਾਰਤ ਤੋਂ ਲੋਕ ਆਏ ਆ। ਤੁਸੀਂ ਇੱਥੇ ਕੈਨੇਡਾ ਦੇ ਕਿਸੇ ਏਅਰਪੋਰਟ ਤੇ ਜਾ ਕੇ ਦੇਖੋ ਨਾ ਵੀ ਕਿੱਦਾਂ ਦੇ ਲੋਕ ਉੱਤਰ ਰਹੇ ਆ। ਬਿਲਕੁਲ, ਪੰਜਾਬੀ ਤਾਂ ਹੁਣ ਬਹੁਤ ਘਟੇ ਹੋਏ ਆ ਅੱਗੇ ਨਾਲੋਂ, ਹੁਣ ਤਾਂ ਲੋਕ ਆ ਰਹੇ ਆ ਜੀ ਗੁਜਰਾਤ ਤੋਂ ਆ ਰਹੇ ਆ, ਯੂਪੀ ਤੋਂ ਆ ਰਹੇ ਆ, ਕਰਨਾਟਕ ਤੋਂ ਆ ਰਹੇ ਆ, ਯੂ ਨੇਮ ਇਟ, ਅਦਰ ਪਾਰਟਸ ਆਫ ਇੰਡੀਆ ਆ ਰਹੇ ਆ ਜੀ, ਆ ਰਹੇ ਆ ਜੀ ਸਾਰੇ ਪਾਸੇ ਆ ਰਹੇ ਜੀ। ਮੈਂ ਇੰਡੀਆ ਦੀ ਗੱਲ ਕਰ ਰਿਹਾ, ਇੰਡੀਆ ਦੇ ਲੋਕ ਕਿੰਨੇ ਇੱਥੇ ਆ ਰਹੇ ਨੇ ਜੀ, ਇਹ ਤਾਂ ਉਹਨਾਂ ਵਾਸਤੇ ਤਾਂ ਇਹ ਤਾਂ ਨਾ ਇਨਸਾਫੀ ਵਾਲੀ ਗੱਲ ਹੋਈ ਆ। ਅੱਜ ਮੈਨੂੰ ਕੱਲ ਮੈਨੂੰ ਏਅਰਪੋਰਟ ਜਾਣ ਦਾ ਮੌਕਾ ਮਿਲਿਆ ਜੋਲ ਸਾਹਿਬ, ਬਹੁਤ ਟਾਈਮ ਬਾਅਦ, ਐਂਡ ਜਿੰਨੇ ਵੀ ਸਿਕਿਉਰਿਟੀ ਗਾਰਡ, ਜਿੰਨੇ ਵੀ ਟੈਲਰਸ ਨੇ, ਜਿੰਨੇ ਵੀ ਚੈੱਕ ਇਨ ਕਰ ਰਹੇ ਸੀ, ਦਸਤਾਰਧਾਰੀ ਮੁੰਡੇ ਕੁੜੀਆਂ ਐਂਡ ਕੜੇ ਪਾਏ ਹੋਏ ਮੁੰਡਿਆਂ ਨੇ ਚੈਕਿੰਗ ਕੀਤੀ, ਏਦਾਂ ਲੱਗ ਰਿਹਾ ਸੀ ਕਿ ਮੈਂ ਅੰਮ੍ਰਿਤਸਰ ਜਾਂ ਅੰਮ੍ਰਿਤਸਰ ਵਾਲੇ ਏਅਰਪੋਰਟ ਤੇ ਘੁੰਮ ਰਿਹਾ, ਬਿਕਾਜ਼ ਸਾਡੀ ਵਸੋਂ ਹੀ ਨਹੀਂ ਹੋ ਚੁੱਕੀ ਇੱਥੇ, ਇੰਨੀ ਜ਼ਿਆਦਾ ਹੋ ਚੁੱਕੀ ਆ ਔਰ ਇਹ ਵੱਧ ਰਹੀ ਆ ਜੀ। ਸੋ ਤਦ ਕਰਕੇ ਵੀ ਇਹ ਜੋ ਹੁਣ ਵੀਜ਼ਾ ਦੀਆਂ ਰੁਕਾਵਟਾਂ ਆ, ਵੀ ਇਹ ਇਕੱਲੇ ਕਿਸੇ ਇੱਕ ਕਮਿਊਨਿਟੀ ਨਹੀਂ, ਸਾਰੇ ਭਾਰਤੀ ਮੂਲ ਦੇ ਲੋਕਾਂ ਲਈ ਆ, ਇੱਕ ਸਾਰ ਆ ਹਨਾ ਜੀ। ਇਹ ਨੀ ਉਹਨਾਂ ਨੇ ਕਿਹਾ ਵੀ ਆ ਫਲਾਨੀ ਕਮਿਊਨਿਟੀ ਵਾਸਤੇ, ਉਹਨਾਂ ਨੂੰ ਨਹੀਂ ਤੇ ਦੂਜੇ ਆ ਸਕਦੇ ਆ ਹਨਾ ਜੀ। ਇੱਕੋ ਹੀ ਇੱਕ ਰਾਹਤ ਆ OCI, ਜਿਹਨਾਂ ਕੋਲ OCI ਆ ਕੋਈ ਰੁਕਾਵਟ ਨਹੀਂ ਵੀਜ਼ਾ ਦੀਆਂ ਖੁਆਰੀਆਂ। ਇਹ ਹੁਣ ਲੋਕਾਂ ਨੂੰ ਹੌਲੀ ਹੌਲੀ ਸਮਝ ਆਉਣੀ ਸ਼ੁਰੂ ਹੋਈ ਹੈ। ਸੋ OCI ਵਾਲੇ ਪਾਸੇ ਕਾਫੀ ਰਸ਼ ਆ ਜਿਹੜਾ ਦਿਨ ਰਾਤ ਜਿਹੜਾ ਜੀ ਉਹ ਪੈ ਰਿਹਾ, ਵੱਧ ਰਿਹਾ ਇਸ ਮੁਸ਼ਕਲ ਦੇ ਚੱਲਦਿਆਂ। ਪਰ ਹਾਲ ਦੀ ਘੜੀ ਜਾਣੀ ਕਿ ਇਹੀ ਆ ਜੀ ਵੀ ਜੇ ਕਿਸੇ ਨੇ ਕਲਰਕੀ ਕਰਨੀ ਹੋਵੇ, ਕਲਰਕ ਦਾ ਕੰਮ ਤੇ ਇੱਕ ਜੋਬ ਜਿਹੜੀ ਰੀਓਪਨਿੰਗ ਹੈਗੀ ਆ ਕੌਂਸਲੇਟ ਜਨਰਲ ਟੋਰਾਂਟੋ ਦੇ ਵਿੱਚ, ਅੱਜ ਅਪਲਾਈ ਕਰਨ ਦੀ ਕਹਿੰਦੇ ਆਖਰੀ ਤਰੀਕ ਹੈ, ਤੇ ਜੇ ਕਿਸੇ ਨੇ ਕਲਰਕ ਦਾ ਕੰਮ ਕਰਨਾ, ਐਕਸਪੀਰੀਅੰਸ ਹੈਗਾ, ਤੇ ਉਹ ਅਪਲਾਈ ਅੱਜ ਕਰ ਸਕਦੇ ਨੇ। ਤੇ ਦੂਸਰਾ ਇਹ ਹੈ ਜੀ ਵੀ ਜਿਹੜਾ ਇਹ ਏਅਰ ਸੁਵਿਧਾ ਉਹਨਾਂ ਦੀ ਐਪ ਆ, ਉਹਦੇ ਵਿੱਚ ਆਪਣਾ ਵੈਕਸੀਨੇਸ਼ਨ ਪਰੂਫ, ਜਿਹਨਾਂ ਦੇ ਕੋਲ ਵੀਜ਼ਾ ਹੈਗਾ ਵੀ ਇੰਡੀਆ ਜਾ ਰਹੇ ਨੇ, ਉਹ ਮੈਂਡਟੋਰੀ ਆ। ਬਿਲਕੁਲ ਬਿਲਕੁਲ ਬਿਲਕੁਲ। ਸੋ ਵੀ ਟੈਸਟ ਜੇ ਨਹੀਂ, ਮਤਲਬ ਵੈਕਸੀਨ ਅਨਵੈਕਸੀਨੇਟਡ ਤੇ ਫਲਾਈ ਨੀ ਕੈਨੇਡਾ ਤੋਂ ਕਰ ਸਕਦੇ ਨਾ, ਤੇ ਜੇ ਇੱਥੋਂ ਮਤਲਬ ਫਲਾਈਟ ਲਈ ਜਾ ਰਹੀ ਇੰਡੀਆ ਦੇ ਵਾਸਤੇ, ਭਾਵੇਂ ਉਹ ਟੁੱਟਮੀ ਆ ਭਾਵੇਂ ਉਹ ਸਿੱਧੀ ਆ, ਪਰ ਉਹਨਾਂ ਦੀਆਂ ਜਿਹੜੀਆਂ ਐਂਟਰੀ ਰਿਕੁਆਇਰਮੈਂਟਸ ਦੇ ਵਿੱਚ ਇਹ ਆ ਵੀ ਤੁਸੀਂ ਆਪਣਾ ਉਹਨਾਂ ਦਾ ਜਿਹੜਾ ਐਪ ਡਾਊਨਲੋਡ ਕਰਕੇ ਉਹਦੇ ਵਿੱਚ ਉਹ ਡਾਕੂਮੈਂਟੇਸ਼ਨ ਆਪਣੀ ਪੂਰੀ ਰੱਖਣੀ ਹੈ ਜੀ, ਤੇ ਆਪਣਾ ਜਿਹੜਾ ਬਿਹੇਵੀਅਰ ਆ ਜਾਣੀ ਉੱਥੇ ਪਹੁੰਚਦੇ ਸਾਰ ਇੰਨਾ ਕੁ ਜਾਣੀ ਕਿ ਰੱਖਣਾ ਹੈ ਵਿਦ ਇਨ ਡਿਸਿਪਲਿਨ ਜੀ, ਕਿਸੇ ਤਰ੍ਹਾਂ ਦੀ ਕੋਈ ਰਾਹ ਦੇ ਵਿੱਚ ਕੋਵਿਡ ਰਿਲੇਟਡ ਪਰੇਸ਼ਾਨੀ ਜਿਹੜੀ ਆ ਉਹ ਨਹੀਂ ਆਉਣੀ ਚਾਹੀਦੀ। ਤੇ ਜੇ ਮਤਲਬ ਬੁਖਾਰ ਜਾਂ ਕੋਈ ਸਿਮਟਮ ਹੋਇਆ ਤੇ ਫਿਰ ਉਸ ਤਰ੍ਹਾਂ ਦਾ ਟ੍ਰੀਟਮੈਂਟ ਉੱਥੇ ਹੋਏਗਾ, ਤੇ ਏਅਰਪੋਰਟ ਤੇ ਉੱਥੇ ਦਿੱਲੀ ਜਾਂ ਬਾਕੀ ਪਤਾ ਲੱਗ ਰਿਹਾ ਵੀ ਉੱਤਰ ਦੇ ਸਾਰ ਇੱਕ ਤੇ ਫਿਜ਼ੀਕਲ ਡਿਸਟੈਂਸਿੰਗ ਦਾ ਥੋੜਾ ਉਹ ਖਿਆਲ ਰੱਖਣ ਦੀ ਕੋਸ਼ਿਸ਼ ਵਿੱਚ ਨੇ, ਤੇ ਨਾਲ ਜਿਹੜਾ ਬੁਖਾਰ ਹੈ ਉਹ ਵੀ ਨਾਪਿਆ ਜਾਂਦਾ ਹੈ, ਤੇ ਬਾਕੀ ਜੇ ਕਿਸੇ ਦਾ ਸੈਂਪਲ ਲਿਆ ਵੀ ਜਾਵੇ ਤੇ ਉਹਨਾਂ ਨੂੰ ਵੇਟ ਸ਼ਾਇਦ ਨਹੀਂ ਉਨਾ ਕਰਾਇਆ ਜਾਂਦਾ, ਵੀ ਘਰੇ ਭੇਜ ਦਿੱਤਾ ਜਾਂਦਾ, ਟੈਸਟ ਉਡੀਕਣ ਦੀ ਲੋੜ ਨਹੀਂ ਪੈਂਦੀ ਜੀ। ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਵੀਜ਼ਾ ਦਾ ਜਿਹੜਾ ਝੰਝਟ ਆ ਜੀ ਵੀ ਉਸੇ ਤਰੀਕੇ ਦੇ ਨਾਲ ਭਾਰਤ ਵਾਸਤੇ ਕੈਨੇਡਾ ਦੇ ਨਾਗਰਿਕਾਂ ਨੂੰ ਬਣਿਆ ਰਹੂਗਾ ਹਾਲ ਦੀ ਘੜੀ ਜੋ ਇਹ ਸਿਚੁਏਸ਼ਨ ਹੈ।
ਪਰ ਇਸ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਪਸ਼ਟ ਰੀਜ਼ਨ ਸਾਹਮਣੇ ਆਉਂਦਾ ਇਹ ਦੇਖਣ ਵਾਲੀ ਗੱਲ ਹੈ। ਵੀ ਰੀਜ਼ਨ ਹਾਲ ਦੀ ਘੜੀ ਕੋਈ ਦਿਸਦਾ ਨਹੀਂ ਹੈ ਵੀ ਕੈਨੇਡਾ ਦੇ ਨਾਗਰਿਕਾਂ ਨੂੰ ਇਸ ਸਾਰੇ ਪ੍ਰੋਸੈਸ ਦੇ ਥਰੂ ਇੱਦਾਂ ਤੋਰਿਆ ਕਿਉਂ ਜਾਂਦਾ ਵੀ ਅਮਰੀਕਾ ਦੇ ਮੁਕਾਬਲੇ ਕੈਨੇਡਾ ਦੇ ਨਾਗਰਿਕ ਆ ਜਿਹੜੇ ਉਹ ਕਿਉਂ ਬਰਾਬਰ ਨਹੀਂ ਰੱਖੇ ਜਾ ਸਕਦੇ। ਜੀ 905-813-1320 ਸਾਡਾ ਕਾਲਰਸ ਨੇ, ਅਸੀਂ ਦੱਸ ਦਈਏ ਕਿ ਇਸ ਹਿੱਸੇ ਨੂੰ ਸਪੌਂਸਰ ਕਰ ਰਹੇ ਹਨ ਐਕਸਲ ਇੰਸ਼ੋਰੈਂਸ ਬ੍ਰੋਕਰ ਦੇ ਵੀਰ ਸਰਬਜੀਤ ਸੈਣੀ। ਆਟੋ ਇੰਸ਼ੋਰੈਂਸ ਜਾਂ ਤੁਸੀਂ ਘਰ ਵਪਾਰ ਜਾਂ ਕਮਰਸ਼ਲ ਅਦਾਰੇ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਯਾਦ ਰੱਖਣਾ, ਸਰਬਜੀਤ ਸੈਣੀ, 647-998-7114। ਮੰਗੂਵਾਲੀਆ ਲੋਜਿਸਟਿਕ ਇਸ ਹਿੱਸੇ ਨੂੰ ਸਪੌਂਸਰ ਕਰ ਰਹੇ ਹਨ। ਵਿਸਟ ਫਰਨੀਚਰ ਪਲਾਂਟ ਤੋਂ ਰੋਹਿਤ ਜੀ, 5200 ਡਿਕਸੀ ਰੋਡ, ਡਿਕਸੀ ਐਂਡ ਮੈਥਸਨ ਇੰਟਰਸੈਕਸ਼ਨ। ਹਾਈ ਐਂਡ ਦਾ ਲਗਜ਼ਰੀ ਫਰਨੀਚਰ ਵਾਜਬ ਰੇਟ 'ਤੇ ਲੈਣਾ ਚਾਹੁੰਦੇ ਹੋ ਤਾਂ 905-232-7489 'ਤੇ ਕਾਲ ਕਰ ਸਕਦੇ ਹੋ। ਲੈਂਦਰ ਜੀ ਨੈਕਸਟ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਿਆ ਜੋ ਸਰ ਨੂੰ ਜੇ ਉਹ 10 ਸਾਲ ਵੀਜ਼ੇ ਲੈ ਉਹ ਜਾ ਸਕਦੇ ਕਿ ਨਹੀਂ ਜਾ ਸਕਦੀ ਹੈ? ਕਿਹੜੇ ਜੀ 10 ਸਾਲ ਵੀਜ਼ੇ ਲੈ ਹੁੰਦੇ ਆ? ਅੰਕਲ ਜੀ ਹੁਣ ਤਾਂ ਆਪਾਂ ਨਾ, ਮੈਂ ਤਾਂ ਹੱਥ ਜੋੜ ਕੇ ਬੇਨਤੀ, ਤੁਸੀਂ ਪ੍ਰੋਗਰਾਮ ਸੁਣਿਆ ਪੂਰਾ ਕਿ ਨਹੀਂ? ਹੋਣੀ ਨਹੀਂ ਸੁਣਿਆ ਨਹੀਂ, ਬਾਹਰ ਗਿਆ ਨਹੀਂ ਲਾਉਡ, ਨਹੀਂ 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 ਹੈ ਜੀ, ਨਹੀਂ ਹੱਥ ਜੋੜ ਕੇ ਬੇਨਤੀ ਹੈ ਜੀ। ਅਸੀਂ ਹੁਣੀ ਇਸ ਤਾਂ ਬਹੁਤ ਲੰਬਾ ਜੋਖਾ 20 ਮਿੰਟ ਗਲਾ ਚੁੱਕਿਆ ਇਸ ਚੀਜ਼ ਦੇ ਵਿੱਚ। ਨਹੀਂ 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 ਜੀ, ਨਹੀਂ ਨਹੀਂ ਜਾ ਸਕਦੇ। ਬਹੁਤ ਬਹੁਤ ਧੰਨਵਾਦ ਜੀ। ਨਹੀਂ ਨਹੀਂ ਨਹੀਂ, ਥੈਂਕ ਯੂ, ਥੈਂਕ ਯੂ ਸੋ ਮਚ। ਹਾਂਜੀ ਗੋ ਅਹੈਡ। ਜਿਹੜਾ ਉਨੀ ਮੰਦਰ ਜਾ ਰਿਹਾ ਹੈ ਉਹ ਆਪਣੇ ਇਮੀਗ੍ਰੇਸ਼ਨ ਵਾਲੇ, ਹੈਲੋ, ਹਾਂਜੀ ਹਾਂਜੀ ਬੋਲੋ ਜੀ, ਉੱਥੇ ਵੀਜ਼ੇ ਦੇਣਗੇ ਜਾਂ ਕੀ ਕਰਨਗੇ? ਦੇਖਦੇ ਵੀਜ਼ਾ ਟਾਈਪ 10 ਸਾਲ ਦੇ ਵੀਜ਼ਾ ਤੇ ਤਾਂ ਉਹ ਨਹੀਂ ਜਾ ਸਕਦੇ, ਬਾਕੀ ਕੋਈ ਹੋਰ ਕੈਟਾਗਰੀ ਦਾ ਤੇ ਉਹ ਜਾ ਸਕਣਗੇ। ਉਹ ਪਹਿਲਾਂ ਵੀ ਇੱਦਾਂ ਹੀ ਸੀਗਾ, ਹਨਾ ਜੀ। ਇਹ ਧੀਰਜ ਪਾਰੀਖ ਉਹਨਾਂ ਨੇ ਖੁਦ ਕਨਫਰਮ ਕੀਤਾ ਸੀਗਾ ਵੀ ਜਿਹੜੇ ਇਹ ਹੋਰ ਟਾਈਪ ਦੇ ਵੀਜ਼ਾ ਦਾ ਜਾਣੀ ਟੂਰਿਸਟ ਤੋਂ ਬਿਨਾਂ ਉਹ ਓਪਨ ਨੇ, ਲੇਕਿਨ ਕਿ ਵੀ ਉਹ ਬਹੁਤ ਥੋੜੇ ਆ। ਤੇ ਦੂਸਰਾ ਇਹ ਆ ਜੀ ਵੀ ਕੈਂਪ ਜਿਹੜਾ ਇਹ ਕੱਲ ਨੂੰ ਲੱਗਣਾ ਜਾਂ ਅਦਰਵਾਈਜ਼ ਕੋਈ ਵੀ ਕੈਂਪ ਹੁੰਦਾ ਉੱਥੇ ਉਹ ਵੀਜ਼ਾ ਦੇਣ ਵਾਸਤੇ ਨਹੀਂ ਹੁੰਦਾ। ਪਰਸੋਂ ਜਾਓ ਸਰ, ਪਰਸੋਂ ਆਪਣੇ ਸੈਟਰਡੇ ਨੂੰ, 19 ਤਰੀਕ ਨੂੰ, 19 ਤਰੀਕ ਨੂੰ ਜੀ। ਤੇ ਉਹ 19 ਤਰੀਕ ਨੂੰ ਆਪਾਂ ਵੈਸੇ ਦੇਖੋ ਮਾਰਚ ਦੇ ਸ਼ੁਰੂ ਤੋਂ ਪ੍ਰਚਾਰ ਰਹੇ ਹਾਂ ਵੀ ਬਿਲਕੁਲ ਜੀ, ਆਪਾਂ ਨੂੰ ਤਕਰੀਬਨ ਹੁਣ ਪਤਾ ਹੀ ਆ ਇਹ 6300 ਮਿਸਰ ਸਾਗਰ ਰੋਡ ਦੇ ਉੱਤੇ ਜਾ ਰਹੇ ਨੇ ਲੋਕ, ਹਿੰਦੂ ਹੈਰੀਟੇਜ ਸੈਂਟਰ ਮੰਨਦਾ ਜੀ। ਯੈਸ, ਅੱਛਾ ਜੀ, ਉਹ ਅਰਸ਼ ਫਿਰ ਉਹ ਨਾ ਇੱਕ ਤਾਂ ਉੱਥੇ ਵੀ ਰਾਜ ਬਹੁਤ ਪੈ ਜਾਂਦਾ, ਦੂਸਰਾ ਇਹ ਆ ਇਹਨਾਂ ਦੀਆਂ ਐਪਲੀਕੇਸ਼ਨ ਪੂਰੀ ਤਰ੍ਹਾਂ ਕੰਪਲੀਟ ਹੋਣ, ਹਨਾ, ਕੋਈ ਉਹਦੇ ਵਿੱਚ ਕੋਈ ਹੋਰ ਕਮੀ ਨਾ ਹੋਵੇ, ਫਿਰ ਮੁੜ ਕੇ ਜੇ ਕਮੀ ਹੋਵੇ ਤੇ ਫਿਰ ਉਹਨਾਂ ਨੇ ਮੋੜਨਾ ਹੀ ਆ ਨਾ ਕੁਰਸੀ ਦਾ, ਕਿਤੇ ਹੋ ਜੇ ਕਮੀ ਵਾਲੇ ਨੂੰ ਮੋੜਿਆ ਨਾ ਤਾਂ ਫਿਰ ਕੁਰਸੀ ਤੇ ਬੈਠੇ ਬੰਦੇ ਨੇ ਕੀਤਾ ਕੀ। ਕਈ ਵਾਰੀ ਇਹ ਠੀਕ ਹੈ ਵੀ ਇਸ ਤਰ੍ਹਾਂ ਦੀਆਂ ਅਨਨੈਸੈਸਰੀ ਫਾਰਮੈਲਿਟੀਜ਼ ਉਹ BLS ਆਫਿਸ ਬਾਰੇ ਲੋਕ ਕਹਿੰਦੇ ਰਹਿੰਦੇ ਆ ਵੀ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਹੋਇਆ, ਉਹਦੇ ਬਾਰੇ ਆਪਾਂ ਕੱਲ ਵੀ ਦੱਸਿਆ ਸੀ ਵੀ ਜਿਸ ਤਰ੍ਹਾਂ ਵੀ ਉਹ ਹੋਇਆ ਤੁਸੀਂ ਇਨ ਰਾਈਟਿੰਗ ਪਾਓ ਤਾਂ ਕਿ ਉਹਨਾਂ ਦੇ ਰੈਕਡ ਵਿੱਚ ਆਵੇ ਵੀ ਇੰਨੇ ਲੋਕ ਜਿਹੜੇ ਆ ਉਹ ਕੋਈ ਰਿਪ੍ਰਜੈਂਟੇਟਿਵ ਫੀਡਬੈਕ ਉਹਨਾਂ ਨੂੰ ਮਿਲ ਸਕੇ। ਤੁਸੀਂ ਕੰਪਲੇਂਟ ਨਹੀਂ ਕਰ ਰਹੇ ਹੋ, ਆਪਣੀ ਫੀਡਬੈਕ ਦੇ ਰਹੇ ਹੋ ਵੀ ਸਾਡਾ ਐਕਸਪੀਰੀਅੰਸ ਆ ਆ ਜੀ। ਅੱਛਾ, ਤੇ ਹੁਣ ਉੱਥੇ ਇਹ ਹੈ ਜੀ ਵੀ OCI ਹੋਵੇ, ਪਾਸਪੋਰਟ ਹੋਵੇ, ਵੀਜ਼ਾ ਹੋਵੇ, ਪੁਲਿਸ ਕਲੀਅਰੈਂਸ ਸਰਟੀਫਿਕੇਟ ਹੋਵੇ, ਕੋਈ ਅਟੈਸਟੇਸ਼ਨ ਕਰਾਉਣੀ ਹੈ ਮੌਕੇ ਤੇ, ਜਿਹੜੀ ਸਰਵਿਸ ਆ ਜਾਣੀ ਸਭ ਤੋਂ ਵੱਧ ਬੈਨੀਫਿਸ਼ਲ ਉਹ ਇਹ ਹੋਏਗੀ ਵੀ ਲੋਕ ਆਪਣੀ ਅਟੈਸਟੇਸ਼ਨ ਕਰਾ ਕੇ ਆ ਸਕਦੇ ਆ, ਕੋਈ ਹਲਫੀਆ ਬਿਆਨ ਹੈਗਾ, ਕੋਈ ਮੁਖਤਿਆਰਨਾਮਾ ਹੈਗਾ, ਕੋਈ ਲਾਈਫ ਸਰਟੀਫਿਕੇਟ ਹੈਗਾ, ਇਸ ਤਰ੍ਹਾਂ ਦੇ ਹਨ। ਤੇ ਬਾਕੀ ਦੇ ਜਿਹੜੇ ਥਰੂ ਪ੍ਰੋਸੈਸ ਜਾਣੀ ਕਿ ਐਪਲੀਕੇਸ਼ਨ ਉਹਨਾਂ ਦੀ ਸਬਮਿਟ ਕੀਤੀ ਜਾ ਸਕੂਗੀ ਜੇ ਕੰਪਲੀਟ ਹੋਵੇ ਤਾਂ, ਤੇ ਇਹਦੇ ਨਾਲ ਹੀ ਪੀ ਜਿਹੜੀਆਂ ਇਨਕੁਆਇਰੀਜ਼ ਵਾਸਤੇ ਵੀ ਜਿਹਨਾਂ ਨੇ ਕੋਈ ਅਪਲਾਈ ਕੀਤਾ ਹੋਇਆ ਉਹ ਤੇ ਉੱਥੇ ਸਮਾਂ ਖਰਾਬ ਕਰਨ ਜਾਣ ਦੀ ਲੋੜ ਨਹੀਂ, ਤੇ ਉਹ ਮਤਲਬ ਜਿਹਨਾਂ ਦੀ ਐਪਲੀਕੇਸ਼ਨ ਇਨ ਪ੍ਰੋਸੈਸ ਆ ਕਿਸੇ ਨਾ ਕਿਸੇ ਰੂਪ ਚ ਉਹਨਾਂ ਦਾ ਜਵਾਬ ਇਹੀ ਹੋਣਾ ਜੀ ਵੀ ਆ ਜਾਊ ਜੀ ਉਹ ਜੂ ਜੀ, ਹਨਾ। ਤੇ ਲੇਕਿਨ ਕਿ ਖਾਸ ਤੌਰ ਤੇ ਇਹ ਆ ਜੀ ਵੀ ਇਹ ਜਿਹੜਾ ਕੈਂਪ ਆ ਵੀ ਕੱਲ ਨੂੰ ਕਹਿੰਦੇ ਪਰਸੋਂ ਨੂੰ ਇਹ ਕਾਫੀ ਬਿਜ਼ੀ ਰਹਿਣ ਦੀ ਸੰਭਾਵਨਾ, ਜਿਸ ਤਰ੍ਹਾਂ ਕਿ ਇੱਥੇ ਬ੍ਰੈਂਪਟਨ ਦੇ ਵਿੱਚ ਵੀ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਬਿਜ਼ੀ ਸੀ ਜੀ, ਉਸ ਦੇ ਵਿੱਚ ਜੋ ਲੋਕਾਂ ਨੇ ਭੈਣ ਭਰਾਵਾਂ ਨੇ ਫੀਡਬੈਕ ਦਿੱਤੀ ਸੀ ਉਹਦੇ ਆਧਾਰ ਤੇ ਆਸ ਕਰਦੇ ਹਾਂ ਵੀ ਇਹ ਜਿਹੜਾ ਕੈਂਪ ਹੈ ਇਹ ਲੋਕਾਂ ਵਾਸਤੇ ਘੱਟ ਉਹ ਕਹਿ ਲਓ ਵੀ ਰਸ਼ ਪੈਣ ਵਾਲਾ, ਟੋਕਨ ਦੇ ਵਿੱਚ ਕਹਿ ਲਓ ਵੀ ਜੋ ਵੰਡਿਆ ਜਾਂਦਾ ਲੋਕ ਆਪ ਲਾਈਨ ਜੰਪ ਕਰਦੇ ਨੇ ਵਗੈਰਾ ਵਗੈਰਾ, ਉਸ ਤੋਂ ਆਪਾਂ ਜ਼ਰੂਰ ਜੇ ਸਾਵਧਾਨ ਰਹੀਏ ਤੇ ਬੈਟਰ ਜਿਹੜਾ ਜੀ ਉਹਨੂੰ ਪ੍ਰੋਸੈਸ ਕੀਤਾ ਜਾ ਸਕਦਾ। ਜੋਲ ਸਾਹਿਬ, ਜਿਨ੍ਹਾਂ ਨੇ ਵੀ ਟੌਰ ਦੇ ਨਾਲ CERB ਸਰਬ ਜਿਨ੍ਹਾਂ ਨੇ ਲਿੱਤਾ ਉਹਨਾਂ ਨੂੰ ਹੁਣ ਭੁਗਤਣਾ ਪੈ ਰਿਹਾ ਜੀ, ਓਵਰ 21% ਜਿਨ੍ਹਾਂ ਨੇ ਵੀ ਲਿੱਤਾ ਇਹ $2,000 ਜਾਂ ਜਿੰਨੇ ਵੀ ਉਸ ਟਾਈਮ ਡਾਲਰ ਮਿਲਦੇ ਸੀ, ਕੈਨੇਡਾ ਸਰਕਾਰ ਵੱਲੋਂ ਉਹ ਹੁਣ ਕਰਜ਼ਦਾਰ ਹੋ ਚੁੱਕੇ ਨੇ ਜੀ, ਐਂਡ ਚਿੱਠੀਆਂ ਵੀ ਪਹੁੰਚ ਚੁੱਕੀਆਂ ਨੇ ਜੀ, ਐਂਡ ਹੁਣ ਲੋਕ ਡਰੇ ਵੀ ਪਏ ਕਿ ਉਹ ਪੈਸਾ ਕਿੱਦਾਂ ਵਾਪਸ ਕਰਨਾ ਇਹਨਾਂ ਨੂੰ।
ਮਤਲਬ ਹੁਣ ਇਹ 21% 22% ਦੇ ਲਗਭਗ ਦਾ ਮਤਲਬ ਇਹ ਅਰਸ਼ ਪੇ ਹਰ ਪੰਜਵਾਂ ਛੇਵਾਂ ਬੰਦਾ ਬੋਲੇ ਬੋਲੇ ਹੈ ਨਾ ਜੀ। ਤੇ ਉਹਨਾਂ ਨੂੰ ਕਿਉਂਕਿ ਉਹ ਕੁਆਲੀਫਾਈ ਨਹੀਂ ਸੀ ਕਰਦੇ, ਡਿਜ਼ਰਵ ਨਹੀਂ ਸੀ ਕਰਦੇ, ਪਰ ਇਹਦੇ ਬਾਵਜੂਦ ਵੀ ਭਈ ਜੇ ਉਹ ਉਸ ਵੇਲੇ ਗਵਰਨਮੈਂਟ ਨੇ ਪੂਰਾ ਆਪਣਾ ਜਿਹੜਾ ਜੀ ਕੋਈ ਚੈੱਕ ਕਰਨ ਦਾ ਸਿਸਟਮ ਨਹੀਂ ਸੀ ਰੱਖਿਆ ਵੀ ਲੋਕ ਘਰਾਂ ਦੇ ਵਿੱਚ ਹੈ ਤੇ ਮਦਦ ਕਰੋ, ਇੱਦਾਂ ਹੀ ਹੋ ਸਕਦਾ ਵੀ ਜਿਨ੍ਹਾਂ ਨੇ ਗਲਤ ਕਲੇਮ ਕਰ ਲਿਆ, ਹਰ ਪੰਜਵੇਂ ਛੇਵੇਂ ਵਿਅਕਤੀ ਨੇ, ਵੈਸੇ ਤੇ ਬਹੁਤ ਵੱਡਾ ਨੰਬਰ ਆ ਹਨਾ, ਵੀ ਉਹਨਾਂ ਨੂੰ ਵੀ ਕਾਹਲੀ ਚ ਸ਼ਾਇਦ ਪਤਾ ਨਾ ਲੱਗਾ ਹੋਵੇ ਵੀ ਅਸੀਂ ਕੁਆਲੀਫਾਈ ਕਰਦੇ ਹਾਂ ਕਿ ਨਹੀਂ। ਸੋ ਇਸ ਕਰਕੇ ਵੀ ਹੁਣ ਸੀ ਆਰ ਏ ਦੇ ਵੱਲੋਂ ਜਿਸ ਤਰ੍ਹਾਂ ਦੀਆਂ ਚਿੱਠੀਆਂ ਇਹ ਭੇਜੀਆਂ ਜਾ ਰਹੀਆਂ, ਲਗਭਗ ਕੋਈ 17 ਲੱਖ ਤੋਂ ਜ਼ਿਆਦਾ ਲੋਕ ਹੈਗੇ ਆ ਜੀ ਇਹ ਜਿਹਨਾਂ ਨੂੰ ਇਹ ਚਿੱਠੀਆਂ ਜਾ ਰਹੀਆਂ, ਕਿ ਤੁਸੀਂ ਸੀ ਈ ਆਰ ਬੀ ਜਿਹੜਾ ਇਹ $2000 ਘਰੇ ਬੈਠ ਕੇ ਨਹੀਂ ਲੈਣ ਦੇ ਯੋਗ ਸੀ ਤੇ ਨਹੀਂ ਸੀ ਤੁਹਾਨੂੰ ਮਿਲਣੇ ਚਾਹੀਦੇ, ਤੇ ਇਸ ਕਰਕੇ ਵੀ ਉਦੋਂ ਜੇ ਤੁਸੀਂ ਗਲਤੀ ਨਾਲ ਵੀ ਕਲੇਮ ਕਰ ਲਿਆ ਤੇ ਲਿਆਓ ਫਿਰ ਹੁਣ ਸਾਨੂੰ ਲੈਣੇ ਦੇ ਦੇਣੇ ਵਾਲੀ ਗੱਲ ਨਾ ਵੀ ਇੱਥੇ ਹੀ ਹੈ। ਤੇ ਹੁਣ ਇਹ 17 ਲੱਖ ਦੇ ਕਰੀਬ ਜਿਹੜੇ ਲੋਕ ਆ ਜਾਣੇ ਇਹ ਗਵਰਨਮੈਂਟ ਆਫ ਕੈਨੇਡਾ ਦੇ ਕਹਿ ਲਓ ਕਰਜ਼ਾਈ ਹੋ ਗਏ ਇਹ ਸੀ ਆਰ ਬੀ ਗਲਤ ਤਰੀਕੇ ਨਾਲ ਕਲੇਮ ਕਰਕੇ। ਕੁੱਲ ਤਾਂ ਵੈਸੇ ਕੋਈ 80 ਕੁ ਲੱਖ ਦੇ ਕਰੀਬ ਲੋਕ ਆ ਜਿਨ੍ਹਾਂ ਨੇ ਇਹ ਕਲੇਮ ਕੀਤਾ ਸੀਗਾ ਅਰਸ਼, ਹਾਂਜੀ ਉਹਦੇ ਵਿੱਚ ਇਹ ਮਤਲਬ 17 ਕੁ ਲੱਖ ਦੇ ਕਰੀਬ ਉਹ ਲੋਕ ਨੇ ਜਿਨ੍ਹਾਂ ਨੂੰ ਕਿ ਇਹ ਨਹੀਂ ਸੀ ਮਿਲਣਾ ਚਾਹੀਦਾ। ਤੇ ਉਹਦੇ ਵਿੱਚ ਜਾਣੀ ਇਹ ਵੀ ਪਤਾ ਲੱਗ ਰਿਹਾ ਵੀ ਜਿਹੜੇ ਨਵੇਂ ਨਵੇਂ ਲੋਕ ਵੀ ਆਏ ਸੀਗੇ ਨਾ, ਮਤਲਬ ਸਾਰੀ ਤਰ੍ਹਾਂ ਦੇ ਸੀ, ਕੈਨੇਡੀਅਨ ਬੋਰਨ ਲੋਕ ਵੀ ਸੀ, ਜਿਹੜੇ ਵਿਦੇਸ਼ਾਂ ਤੋਂ ਆਏ ਸੀਗੇ ਵਰਕ ਪਰਮਿਟ ਵਾਲੇ ਜੀ ਸਟੂਡੈਂਟ, ਵੀ ਜੇ ਉਹਨਾਂ ਨੇ ਇਹ ਗਲਤ ਕਲੇਮ ਕੀਤਾ ਸੀਗਾ ਤੇ ਹੁਣ ਕਰਜ਼ਾਈ ਰਹੂਗੇ, ਤੇ ਸ਼ਾਇਦ ਉਹਨਾਂ ਨੇ ਸਭ ਤੋਂ ਪਹਿਲਾਂ ਭੱਜ ਭੱਜ ਕੇ ਇਹ ਪੈਸੇ ਮੋੜਨੇ ਆ, ਕਿਉਂਕਿ ਜੇ ਉਹ ਕੈਨੇਡਾ ਚ ਸਥਾਪਤੀ ਦਾ ਸੁਪਨਾ ਸੱਚ ਕਰਨਾ ਵੀ ਪੀ ਆਰ ਮਿਲੇ ਤੇ ਸੀ ਆਰ ਏ ਦਾ ਕਰਜ਼ਾਈ ਨੀ ਹੋ ਸਕਦਾ, ਐਪਲੀਕੈਂਟ ਜਿਹਨੇ ਪੀ ਆਰ ਲੈਣੀ ਹੈ ਜੀ। ਇਸ ਕਰਕੇ ਸਭ ਤੋਂ ਪਹਿਲਾਂ ਲੱਗਦਾ ਵੀ ਮੋੜਨ ਦੀ ਕਾਲ ਜਿਹੜੀ ਆ ਇਹਨਾਂ ਲੋਕਾਂ ਨੂੰ ਹੋਊਗੀ ਜੇ ਉਹਨਾਂ ਨੇ ਗਲਤ ਕਲੇਮ ਕੀਤਾ ਸੀਗਾ ਵੀ ਜਿਹੜੇ ਵਰਕ ਪਰਮਿਟ ਨੇ ਜਾਂ ਸਟੂਡੈਂਟਸ ਨੇ ਕਿਸੇ ਤਰ੍ਹਾਂ ਦਾ ਕੋਈ ਟੈਂਪਰੇਰੀ ਸਟੇਟਸ ਸੀਗਾ, ਤੇ ਭਈ ਉਹਨਾਂ ਨੂੰ ਜੇ ਭੁਲੇਖਾ ਪੈ ਗਿਆ ਤੇ ਉਹ ਜਿੰਨਾ ਚਿਰ ਫਿਰ ਸੀ ਆਰ ਏ ਦੇ ਕਰਜ਼ਾਈ ਹੋਊਗੇ ਤੇ ਹੋ ਸਕਦਾ ਫਿਰ ਉਹਨਾਂ ਨੂੰ ਆਪਣੀ ਜਿਹੜੀ ਪੀ ਆਰ ਦੀ ਐਪਲੀਕੇਸ਼ਨ ਆ ਉਹ ਲਗਾਉਣ ਦੇ ਵਿੱਚ ਦਿੱਕਤਾਂ ਆਉਣ। ਸੋ ਸਭ ਤੋਂ ਪਹਿਲਾਂ ਸ਼ਾਇਦ ਇਹਨਾਂ ਨੂੰ ਕਹਿ ਲਓ ਵੀ ਇਹਨਾਂ ਦਾ ਇਹ ਕਰਜ਼ਾ ਮੋੜਨਾ ਮਜਬੂਰੀ ਹੋਵੇ, ਜੇ ਆਪਾਂ ਗੱਲ ਕਰਦੇ ਨਾ ਜੀ 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 ਬਿਲਕੁਲ ਮਜਬੂਰੀਆਂ ਦੀ ਆਪਾਂ ਬਹੁਤ ਵਾਸਤਾ ਪਾਉਣੇ ਵੀ ਮੇਰੀ ਮਜਬੂਰੀ ਹੋ ਗਈ, ਹਰ ਤਪਾਈ ਦਾ ਆਪਾਂ ਜਿਹੜਾ ਕਾਰਨ ਆ ਉਹ ਮਜਬੂਰੀ ਰੱਖਿਆ ਹੁੰਦਾ। ਸੋ ਲੇਕਿਨ ਕੁੱਲ ਮਿਲਾ ਕੇ ਵੀ ਇਹ 17 ਲੱਖ ਦੇ ਕਰੀਬ ਲੋਕ ਆ ਜੀ ਜਿਹਨਾਂ ਨੇ ਸੀ ਈ ਆਰ ਬੀ ਜਾਣੀ ਕਿ ਵਾਪਸ ਕਰਨੀ ਆ, ਸੀ ਆਰ ਏ ਨੇ ਚਿੱਠੀਆਂ ਪਾਈਆਂ ਨੇ ਤੇ ਉਹਨਾਂ ਨੇ ਆਸਾਨ ਕਿਸ਼ਤਾਂ ਤੇ ਮੋੜਨ ਦਾ ਪ੍ਰਬੰਧ ਵੀ ਕੀਤਾ ਹੋਇਆ ਜੀ। ਸੋ ਇਹ ਜਿਹੜੀ ਮਤਲਬ ਫਲੈਕਸੀਬਲ ਪੇਮੈਂਟ ਆਪਸ਼ਨ ਆ ਇਹ ਅਵੇਲ ਕੀਤੀ ਜਾ ਸਕਦੀ ਆ, ਪਰ ਜਿੰਨਾ ਚਿਰ ਨਹੀਂ ਜਾਣੀ ਇਹ ਪੂਰੀ ਰਕਮ ਮੋੜੀ ਜਾਊਗੀ ਉਹਨਾਂ ਚਿਰ ਕੈਨੇਡਾ ਦੀ ਸਰਕਾਰ ਦੇ ਲੋਕ ਕਰਜ਼ਾਈ ਹੈ ਜੀ। ਜੋਤ ਸਾਹਿਬ ਇੱਕ ਹੋਰ ਖਬਰ ਅਸੀਂ ਦੱਸ ਦਈਏ ਸਾਡੇ ਦਰਸ਼ਕਾਂ ਸਰੋਤਿਆਂ ਨੂੰ ਕਿ ਕੈਨੇਡਾ ਦੀਆਂ ਜੋ ਰੱਦ ਕਰ ਜਾ ਰਿਹਾ ਜੀ ਜੋ ਕਹਿ ਲਓ ਕਿ ਪ੍ਰੀ ਡਿਪਾਰਚਰ ਕੋਵਿਡ ਟੈਸਟ ਰਿਕੁਆਇਰਮੈਂਟਸ ਇੰਟਰਨੈਸ਼ਨਲ ਅਰਾਈਵਿੰਗ ਪੈਸੇਂਜਰਸ 1 ਅਪ੍ਰੈਲ ਤੋਂ, ਇਹਦੀ ਕੀ ਖਬਰ ਹੋਵੇਗੀ ਜੀ? ਇਹਦੀ ਅਰਸ਼ ਸੰਭਾਵਨਾ ਕਿ ਅੱਜ ਅਫੀਸ਼ੀਅਲ ਅਨਾਊਂਸਮੈਂਟ ਜਿਹੜੀ ਆ ਜੀ ਪੀ ਇਹ ਹੈਲਥ ਮਿਨਿਸਟਰ ਤੇ ਟਰਾਂਸਪੋਰਟੇਸ਼ਨ ਮਿਨਿਸਟਰ ਜਿਹੜੇ ਉਹਨਾਂ ਦੇ ਵੱਲੋਂ ਕੀਤੀ ਜਾਊਗੀ ਕਿ ਭਈ 1 ਅਪ੍ਰੈਲ ਤੋਂ ਕਹਿ ਲਓ ਵੀ ਇਸੇ ਮਹੀਨੇ ਦੇ ਅਖੀਰ ਤੋਂ 31 ਮਾਰਚ ਤੋਂ ਬਾਅਦ ਵੀ ਜਿਹੜੇ ਵੀ ਇੰਟਰਨੈਸ਼ਨਲ ਟਰੈਵਲਰਸ ਹੈਗੇ ਆ ਉਹਨਾਂ ਨੇ ਜਦੋਂ ਕੈਨੇਡਾ ਆਉਣਾ ਆ ਤੇ ਉਹਨਾਂ ਨੂੰ ਜਹਾਜ਼ ਚ ਬੈਠਣ ਤੋਂ ਪਹਿਲਾਂ ਜਿਹੜਾ ਕੋਵਿਡ ਦਾ ਟੈਸਟ ਕਰਾਉਣਾ ਪੈਂਦਾ ਵੀ ਉਹ ਤੋਂ ਨਿਜਾਤ ਮਿਲ ਜੂਗੀ। ਇਹੀ ਜਿਹੜੀ ਫਿਰ ਨਿਜਾਤ ਜਾਣੀ ਅਮਰੀਕਾ ਤੋਂ ਆਉਣ ਵਾਲੇ ਇੱਥੋਂ ਕੈਨੇਡਾ ਤੋਂ ਲੋਕ ਥੋੜੇ ਸਮੇਂ ਵਾਸਤੇ ਵੀ ਜਾਂਦੇ ਆ, ਜੇ 72 ਘੰਟੇ ਤੋਂ ਜ਼ਿਆਦਾ ਦਾ ਸਟੇ ਆ ਤੇ ਉਹਨਾਂ ਨੂੰ ਵੀ ਟੈਸਟ ਕਰਾਉਣਾ ਪੈਂਦਾ। ਤੇ ਅਮਰੀਕਾ ਤੋਂ ਇਹ ਪਤਾ ਲੱਗ ਰਿਹਾ ਵੀ ਉੱਥੇ ਜਾਣੀ ਕਿ ਹੁਣ ਉਹ ਫ੍ਰੀ ਵਿੱਚ ਨਹੀਂ ਕਰਦੇ, ਜਾਣੀ $100 ਕਈ ਵਾਰੀ ਉਹ ਫੀ ਆ ਜਿਹੜੀ ਫਾਰਮੇਸੀ ਮੰਗਦੀ ਆ ਵੀ ਜੇ ਤੁਸੀਂ ਟੈਸਟ ਦਾ ਰਿਜ਼ਲਟ ਰਿਪੋਰਟ ਪ੍ਰਿੰਟ ਕਰਾਉਣੀ ਆ ਤਾਂ ਜੀ 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 ਬਿਲਕੁਲ ਉਹ ਹਾਂਜੀ ਫਿਰ ਹੁਣ $125 ਤੋਂ ਵੀ ਜ਼ਿਆਦਾ ਬਣ ਜਾਂਦਾ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਇਹ ਜਿਹੜੇ ਇੰਨੇ ਖਰਚੇ ਆ ਇਹ ਵੱਡੀ ਤਾਦਾਦ ਵਿੱਚ ਲੋਕਾਂ ਨੂੰ ਕਰਨੇ ਪਏ ਆ। ਪਿਛਲੇ 2 ਸਾਲਾਂ ਦੇ ਵਿੱਚੋਂ ਆਪਾਂ ਦੇਖਿਆ ਵੀ ਲੰਬਾ ਸਮਾਂ ਇੱਦਾਂ ਹੀ ਗੁਜ਼ਰ ਗਿਆ ਵੀ ਕੈਨੇਡਾ ਵਾਪਸ ਆਉਣਾ ਤੇ ਟੈਸਟ ਪਹਿਲਾਂ ਤੇ ਹਾਂਜੀ ਅਜੇ ਵੈਕਸੀਨ ਨਹੀਂ ਸੀ ਜਦੋਂ ਸ਼ਟਡਾਊਨ ਹੋਇਆ ਸੀ, ਕੈਨੇਡੀਅਨ ਗਵਰਨਮੈਂਟ ਦੀ ਐਡਵਾਈਸ ਸੀ ਵੀ ਤੁਸੀਂ ਜਾਓ ਨਾ, ਤੇ ਜਿਸ ਕਰਕੇ ਫੇਰ ਇਹਦੇ ਬਾਵਜੂਦ ਜਿਹੜੇ ਲੋਕ ਜਾਂਦੇ ਸੀ ਉਹਨਾਂ ਤੇ ਸਗੋਂ ਜਾਣੀ ਖਰਚੇ ਦਾ ਫਿਰ ਬੋਝ ਪਾਇਆ ਗਿਆ ਸੀਗਾ ਵੀ ਕੋਵਿਡ ਟੈਸਟ ਵੀ ਤੁਸੀਂ ਜਾਣ ਲੱਗਿਆ ਵੀ ਆਪਣਾ ਕਰਾਉਣਾ ਤੇ ਆਉਣ ਲੱਗਿਆ ਵੀ ਕਰਾਉਣਾ ਤੇ ਪੈਸੇ ਜੇਬ ਚੋਂ ਆਪਣੇ ਦੇਣੇ ਪੈਣੇ ਆ ਜੀ। ਸੋ ਇਹ ਜਿਹੜੀ ਹੁਣ ਰਿਲੀਫ ਆ ਜੀ ਵੀ ਇਹ 1 ਅਪ੍ਰੈਲ ਤੋਂ ਮਿਲਣ ਦੀ ਸੰਭਾਵਨਾ ਹੈਗੀ ਆ ਜੋ ਕੋਵਿਡ ਦੀ ਮੌਜੂਦਾ ਸਿਚੁਏਸ਼ਨ ਆ ਉਹਦੇ ਲਿਹਾਜ਼ ਨਾਲ ਲੱਗ ਰਿਹਾ ਵੀ 1 ਅਪ੍ਰੈਲ ਤੋਂ ਫਿਰ ਜਿਹੜੇ ਵੈਕਸੀਨੇਟਡ ਹੋਏ ਹੋਏ ਲੋਕ ਹੋਣਗੇ ਆਪਣਾ ਵੈਕਸੀਨੇਸ਼ਨ ਦਾ ਪਰੂਫ ਹੈਗਾ ਆ ਤੇ ਅਰਾਈਵ ਕੈਨ ਜਿਹੜੀ ਐਪ ਆ ਕੈਨੇਡਾ ਦੀ ਉਹਦੇ ਵਿੱਚ ਆਪਣਾ ਅਪਲੋਡ ਕਰ ਦੇਣਾ, ਇਹ ਕੰਡੀਸ਼ਨ ਜਿਹੜੀ ਆ ਫਿਰ ਕੋਵਿਡ ਰਿਲੇਟਡ ਜਦੋਂ ਪੂਰੀ ਹੋਏਗੀ ਤੇ ਫਿਰ ਟੈਸਟ ਦੀ ਜ਼ਰੂਰਤ ਨਹੀਂ ਹੈ। ਵਾਈਂਡ ਅਪ ਕਰਦੇ ਆ ਜੀ, ਸਾਡਾ ਕਾਲਰ ਨੇ ਜੀ ਫਟਾਫਟ ਆਪਾਂ ਵਾਈਂਡ ਅਪ ਕਰਦੇ ਗੱਲਬਾਤ ਨੂੰ। ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ ਹਾਂ ਜੀ ਜੀ ਤੁਸੀਂ ਆਉਂਦੇ ਹੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ
ਹਾਂਜੀ ਵੀਰ ਜੀ, ਆਪਣੇ ਜੋਹਲ ਸਾਹਿਬ ਤੋਂ ਮੈਂ ਪਤਾ ਕਰਨਾ ਸੀਗਾ, ਇੱਕ ਮੇਰਾ ਫਰੈਂਡ ਆ ਮੌਂਟਰੀਅਲ ਤੋਂ, ਹਨਾ, ਹੁਣੀ ਮੈਨੂੰ ਉਹਦੀ ਕਾਲ ਆਈ ਸੀਗੀ। ਉਹ ਨਾ 2 ਕੁ ਵੀਕ ਪਹਿਲਾਂ ਮਤਲਬ ਉਹਨੇ ਟਰਾਈ ਕੀਤਾ ਸੀਗਾ, ਉਹਨੇ ਹੁਣੀ ਪਾਸਪੋਰਟ ਲਿਆ, ਆਪਣੇ ਸਿਟੀਜ਼ਨ ਲਈ ਆ ਇੱਥੇ, ਹਨਾ, ਕੈਨੇਡਾ ਦੀ, ਤੇ ਉਹਨੇ ਜਿਹੜਾ ਪਾਸਪੋਰਟ ਸੀਗਾ ਉਹ ਵਾਪਸ ਭੇਜਿਆ ਉਹਨਾਂ ਨੂੰ, ਹਨਾ, ਆਪਣਾ ਜਮ੍ਹਾਂ ਕਰਵਾਉਣ ਵਾਸਤੇ ਇੰਡੀਅਨ ਗਵਰਨਮੈਂਟ ਨੂੰ, ਜਿੱਦਾਂ ਵੀ ਭੇਜਦੇ ਨੇਗੇ, ਉਹ ਉਹਨਾਂ ਨੇ ਕੋਈ ਗਲਤੀ ਕਰਕੇ ਵਾਪਸ ਭੇਜਤਾ। ਉਹਨੇ ਦੁਬਾਰੇ ਫੇਰ ਕਿਸੇ ਤੋਂ ਐਪਲੀਕੇਸ਼ਨ ਕਰਵਾ ਕੇ ਕਿਸੇ ਟਿਕਟ ਵਾਲੇ ਤੋਂ ਦੁਬਾਰੇ ਫੇਰ ਭੇਜਤਾ, ਉਹ ਟਰੈਕ ਵਿਦਆਊਟ ਟਰੈਕਿੰਗ ਭੇਜਤਾ ਉਹਨੇ। ਹੁਣ ਉਹਦੇ ਬ੍ਰਦਰ ਉੱਥੇ PGI ਚ ਐਡਮਿਟ ਸੀਗਾ, ਹੁਣ ਰਾਤੀ ਉਹਨੂੰ ਫੋਨ ਡੈਥ ਦਾ ਆ ਗਿਆ, ਹਨਾ, ਇਨਫੋਰਮ ਹੋ ਗਿਆ ਵੀ ਉਹਦੀ ਡੈਥ ਹੋ ਗਈ। ਉਹਨੂੰ 2-3 ਵੀਕਾਂ ਹੋ ਗਏ ਇੱਦਾਂ ਹੀ ਖੱਜਲ ਖੁਆਰ ਹੁੰਦੇ ਨੂੰ, ਉਹਨੂੰ ਵੀਜ਼ਾ ਨੀ ਮਿਲ ਰਿਹਾ ਹੈਗਾ। ਵੀ ਉਹਦੇ ਲਈ ਕੀ ਪ੍ਰੋਸੈਸ ਆ, ਵੀ ਉਹਨੂੰ ਜੇ ਜਲਦੀ ਵੀਜ਼ਾ ਮਿਲ ਸਕਦਾ ਕਿ ਨਹੀਂ ਕਿਸੇ ਤਰੀਕੇ ਨਾਲ? ਨਹੀਂ ਦੇਖੋ, ਐਮਰਜੈਂਸੀ ਦੇ ਵਿੱਚ ਫੈਸਿਲਿਟੀ ਤਾਂ ਹੈ, ਪਰ ਹੁਣ ਜੇ ਡਾਕੂਮੈਂਟ ਹੀ ਉਹਨਾਂ ਦਾ ਪਾਸਪੋਰਟ ਕਿਤੇ ਰਸਤੇ 'ਚ ਆ, ਉਹਨਾਂ ਕੋਲ ਨਹੀਂ ਆ, ਬਿਨਾਂ ਟਰੈਕਿੰਗ ਤੋਂ ਤੁਸੀਂ ਕਹਿੰਦੇ ਭੇਜਿਆ, ਵੀ ਹੁਣ ਵੀਜ਼ਾ ਤਾਂ ਪਾਸਪੋਰਟ 'ਤੇ ਲੱਗਣਾ ਨਾ। ਸੋ ਜੇ ਐਮਰਜੈਂਸੀ ਫੈਸਿਲਿਟੀ ਜਾਣੀ ਉਹਨਾਂ ਨੂੰ ਐਕਸਟੈਂਡ ਕੀਤੀ ਵੀ ਜਾਵੇ ਅਤੇ ਪਾਸਪੋਰਟ ਹੁਣ ਉਹਨਾਂ ਦੇ ਹੱਥ 'ਚ ਨਾ ਹੋਵੇ ਤਾਂ ਫਿਰ ਹੋਰ ਵੀ ਔਖਾ ਹੋ ਜਾਏਗਾ। ਸੋ ਉਸ ਲਿਹਾਜ਼ ਨਾਲ ਬਕਾਇਦਾ ਤੌਰ 'ਤੇ ਆ ਜੀ, ਉਹਨਾਂ ਦਾ ਸੰਪਰਕ ਜਿਹੜੀ ਐਪ ਆ ਉਹਦੇ 'ਤੇ ਅਪਲੋਡ ਜੇ ਕੀਤੀ ਜਾਵੇ ਆਪਣੀ ਐਮਰਜੈਂਸੀ, ਫਿਰ ਉਹਨੂੰ ਵੈਰੀਫਾਈ ਕਰਕੇ ਅਤੇ ਅਪੁਆਇੰਟਮੈਂਟ ਦਿੱਤੀ ਜਾਂਦੀ ਹੈ ਅਤੇ ਐਮਰਜੈਂਸੀ ਵੀਜ਼ਾ ਤਾਂ ਜਾਂਦਾ ਮਿਲ। ਇਹ ਇਹੋ ਜਿਹੀ ਯਾਨੀ ਇੰਨੀ ਜਿਹੜੀ ਹੁਣ ਪਰਿਵਾਰਕ ਸਿਚੁਏਸ਼ਨ ਹੈਗੀ ਆ, ਪਰ ਹੁਣ ਉਹਦਾ ਪਾਸਪੋਰਟ ਉਹਨਾਂ ਦੇ ਕੋਲ ਹੋਣਾ ਚਾਹੀਦਾ ਉਸ ਵੇਲੇ ਨੈਚੁਰਲੀ, ਪਾਸਪੋਰਟ ਤੋਂ ਬਿਨਾਂ ਤਾਂ ਫਿਰ ਵੀਜ਼ਾ ਨਹੀਂ ਨਾ ਹੋ ਸਕਦਾ। ਇੰਡੀਅਨ ਪਾਸਪੋਰਟ ਭੇਜਿਆ ਹੋਇਆ ਉਹਨਾਂ ਨੇ ਜਿਹੜਾ, ਕੈਨੇਡੀਅਨ ਹੈਗਾ ਆ, ਕੈਨੇਡੀਅਨ ਹੈਗਾ ਆ, ਇਹ ਵੇਵ ਹੋ ਜੇ ਮਤਲਬ ਐਮਰਜੈਂਸੀ ਜੇ ਆ ਉਹਨਾਂ ਨੂੰ ਪਰਿਵਾਰ ਦੇ ਤੌਰ ਤੇ ਆ ਗਈ ਆ ਨਾ, ਤੇ ਫਿਰ ਉਹਨਾਂ ਨੂੰ ਜਾਣ ਦਿੱਤਾ ਜਾਏਗਾ, ਆਪਣਾ ਵੀਜ਼ਾ ਉਹ ਲੈ ਸਕਦੇ ਐਮਰਜੈਂਸੀ ਪਰਮਿਟ ਲੈ ਕੇ। ਉੱਥੇ ਜਾ ਕੇ ਜਿਹੜੇ ਕਹਿੰਦੇ ਨੇ ਐਂਟਰੀ ਦੇ ਦਿੰਦੇ ਨੇ ਇੰਡੀਅਨ ਗਵਰਨਮੈਂਟ, ਵੀ ਇੱਥੋਂ ਵੀਜ਼ਾ ਇਹਦੇ ਪਾਸਪੋਰਟ ਤੇ ਚੜ੍ਹ ਜੇ, ਵੀ ਉੱਥੋਂ ਐਂਟਰੀ ਦੇ ਸਕਦੇ ਆ ਕਿ ਨਹੀਂ, ਹੈ ਕੋਈ ਚਾਂਸ ਜੀ ਉਹ ਚੀਜ਼ ਦੇ? ਇਹ ਤੁਹਾਡੀ ਗੱਲ ਨਹੀਂ, ਸਾਡੀ ਸਮਝ ਤੋਂ ਬਾਹਰ ਆ, ਕੀ ਕਰ ਰਹੇ ਤੁਸੀਂ? ਨਹੀਂ ਵੀ ਇੰਡੀਆ ਜਾ ਕੇ ਮਤਲਬ, ਮੈਂ ਸਿੰਪਲ ਗੱਲ ਦੱਸਦਾ ਜੀ, ਤੁਹਾਡੇ ਦੋਸਤ ਮੌਂਟਰੀਅਲ ਚ ਰਹਿ ਰਹੇ ਇਸ ਵੇਲੇ? $600 ਮੰਗਿਆ, ਪਹਿਲਾਂ $300 ਮੰਗਿਆ ਸੀ ਕਿਸੇ ਨੇ, ਉਹ ਕਹਿੰਦੇ ਵੀ ਨਹੀਂ ਇੱਦਾਂ ਪਾਸਪੋਰਟ ਕਰਕੇ ਹੁਣ $650 ਲੱਗੂਗਾ। ਉਹਨੇ $650 ਵੀ ਦੇਤਾ, ਪਾਸਪੋਰਟ ਵੀ ਇਹਨਾਂ ਦੇਤਾ ਰਾਤੀ, ਪਰ ਉਹਨਾਂ ਦੀ ਦੁਬਾਰੇ ਕਾਲ ਆ ਗਈ ਵੀ ਉਹਦੀ ਤਾਂ ਡੈਥ ਹੀ ਹੋ ਗਈ। ਹੁਣ ਉਹਨੇ ਪੁੱਛਿਆ ਵੀ ਇਹ ਸਿਚੁਏਸ਼ਨ ਚ ਮੈਨੂੰ ਕਿਸੇ ਹੋਰ ਹੱਲ ਹੋ ਸਕਦਾ ਮੇਰਾ ਕੋਈ? ਮੈਂ ਜੋਹਲ ਸਾਹਿਬ ਤੋਂ ਪਤਾ ਕਰ ਲੈਂਦਾ। ਹਾਂ ਨਹੀਂ, ਫਿਰ ਤੁਹਾਨੂੰ ਸਿੰਪਲ ਗੱਲ ਇਹ ਆ ਕਿ ਤੁਸੀਂ ਪਰੇਸ਼ਾਨ ਜ਼ਿਆਦਾ ਹੋ ਰਹੇ ਹੋ ਅਤੇ ਅਨਨੈਸੈਸਰੀ ਹੋ ਰਹੇ ਹੋ, ਤੁਹਾਡੇ ਕੋਲ ਇਨਫੋਰਮੇਸ਼ਨ ਦੀ ਘਾਟ ਕਰਕੇ ਜਾਂ ਵੀ ਡੋਂਟ ਨੋ, ਪਰ ਪ੍ਰੋਸੈਸ ਬੜਾ ਸਿੰਪਲ ਆ। ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਸੰਪਰਕ ਐਪ ਦੇ ਵਿੱਚ ਆਪਣਾ ਜਸਟ ਤੁਸੀਂ ਐਮਰਜੈਂਸੀ ਫਿਲ ਕਰ ਦੇਣੀ ਆ, ਉਹਨਾਂ ਨੇ ਤੁਹਾਨੂੰ ਰਿਪਲਾਈ ਕਰ ਦੇਣਾ ਵੀ 9 ਵਜੇ 9 ਟਾਈਮ 'ਤੇ ਆ ਜਾਓ, ਅਤੇ ਭਾਵੇਂ ਉਹਨਾਂ ਨੂੰ ਆਫ ਆਫਿਸ ਆਵਰ ਵੀ ਹੋਵੇ, ਫਿਰ ਵੀ ਆ ਕੇ ਇਹੋ ਜਿਹੀ ਐਮਰਜੈਂਸੀ ਚੁੱਕੇ ਵਾਰੀ ਡੀਲ ਕਰ ਲੈਂਦੇ ਆ। ਸਾਨੂੰ ਪਤਾ ਆ, ਅਸੀਂ ਕੋਈ ਐਵੇਂ ਸਿਫਤਾਂ ਨਹੀਂ ਕਰਦੇ, ਪਰ ਜਿਹੜੀ ਗੱਲ ਹੋਵੇ ਤੇ ਉਹ ਕਰ ਦੇਣੀ ਚਾਹੀਦੀ ਵੀਜ਼ਾ ਹੈਗਾ ਜੀ। ਅੱਗੇ ਹੁਣ ਕੈਨੇਡੀਅਨ ਵਾਸਤੇ ਨਈ ਵੀਜ਼ਾ ਖੋਲਿਆ ਤੇ ਉਹ ਵੀ ਆਪਾਂ ਦੱਸ ਹੀ ਦਿੱਤਾ ਨਾ। ਹਾਂਜੀ ਹਾਂਜੀ ਹਾਂਜੀ, ਹਨਾ, ਸਾਡੇ ਲੋਕ ਦੁਖੀ ਹੋ ਰਹੇ ਆ, ਪਰ ਜਿਹੜੀ ਗੱਲ ਉਹ ਸਹੀ ਕਰ ਰਹੇ ਆ ਤੇ ਉਹਨੂੰ ਸਹੀ ਕਹਿ ਦੇਣਾ। ਤੁਸੀਂ ਮੈਨੂੰ ਹੁਣੀ ਕਟਾਰੀਆ ਸਾਹਿਬ ਦਾ ਹੁਣੀ ਫੋਨ ਆਇਆ ਜੀ, ਮੈਸੇਜ ਆਇਆ, ਤੁਸੀਂ ਕਟਾਰੀਆ ਟੂਰ ਐਂਡ ਟਰੈਵਲ ਨੂੰ ਕਾਲ ਲਓ, ਮੈਨੂੰ ਹੁਣੀ ਉਹਨਾਂ ਦਾ ਮੈਸੇਜ ਆਇਆ, ਤੁਸੀਂ ਕਾਲ ਕਰ ਲਓ ਜੀ, ਨੰਬਰ ਨੋਟ ਡਾਊਨ ਕਰ ਲਓ ਵੀਰੇ, 9 0 5 9 0 5 6 7 8 6 7 8 1 2 0 0, ਜਾਂ ਤੁਸੀਂ ਕਟਾਰੀਆ ਸਾਹਿਬ ਨੂੰ ਡਾਇਰੈਕਟ ਕਾਲ ਕਰਨੀ ਤਾਂ ਦੋਨੋਂ ਨੂੰ ਕਾਲ ਕਰ ਸਕਦੇ ਹੋ, 416 416 871 871 3676, ਠੀਕ ਹੈ ਵੀਰੇ? 3 7 6 1 3 6 7 6 3 6 7 6, ਠੀਕ ਹੈ ਵੀਰੇ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਜੀ, ਅਸੀਂ ਜਿੰਨੀ ਹੈਲਪ ਅਸੀਂ ਕਰ ਸਕਦੇ ਜੀ ਅਸੀਂ ਆਪਣੇ ਵੱਲੋਂ ਕੀਤੀ ਹੈ ਜੀ, ਤੇ ਜੋਹਲ ਸਾਹਿਬ ਲਈ ਆ ਗਿਆ ਫਿਰ। ਹਾਂਜੀ ਨਹੀਂ ਬਿਲਕੁਲ ਇਹੀ ਹੈ ਜੀ, ਵੀ ਐਮਰਜੈਂਸੀ ਕੋਈ ਇਸ ਤਰ੍ਹਾਂ ਦੀ ਹੋ ਜੇ ਤੇ ਫਿਰ ਕੋਈ ਖਾਸ ਕੰਡੀਸ਼ਨ ਨਹੀਂ ਆ, ਤੁਹਾਡੇ ਨੂੰ ਐਮਰਜੈਂਸੀ ਆ, ਐਮਰਜੈਂਸੀ 'ਚ ਤੁਸੀਂ ਜਾ ਸਕਦੇ ਹੋ। ਬਾਕੀ ਜਿਹੜਾ ਕੋਈ ਲੌਂਗ ਟਰਮ ਦਾ ਵੀਜ਼ਾ ਬਾਅਦ ਦੇ ਵਿੱਚ ਕੌਂਸੂਲਰ ਸਰਵਿਸ ਲੈਣੀ ਆ, ਉਹਦੇ ਵਾਸਤੇ ਆਪਣਾ ਪ੍ਰੋਸੈਸ ਹੌਲੀ ਹੌਲੀ ਤੁਸੀਂ ਕੰਪਲੀਟ ਕਰਦੇ ਰਹਿ ਸਕਦੇ ਆ। ਸੋ ਇਹ ਜਿਹੜੀਆਂ ਚੀਜ਼ਾਂ ਕੋਈ ਸਜ਼ਾ ਨਹੀਂ ਹੈਗੀ, ਵੀ ਪਹਿਲਾਂ ਕੰਪਲੀਟ ਕਰੋ ਤੇ ਤੁਸੀਂ ਐਮਰਜੈਂਸੀ 'ਚ ਨਹੀਂ ਜਾ ਸਕਦੇ। ਪਰ ਐਮਰਜੈਂਸੀ ਦਾ ਦੁਰਉਪਯੋਗ ਬਹੁਤ ਹੋ ਰਿਹਾ ਆਪਾਂ ਜਾਣਦੇ ਹਾਂ। ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ, ਦੁਰਉਪਯੋਗ ਇਹ ਆ ਵੀ ਅਸੀਂ ਹੁਣ ਟਿਕਟ ਬੁੱਕ ਕੀਤੀ ਆ ਵੀ ਆਹ ਟਿਕਟ ਸਾਡੀ ਕੱਲ੍ਹ ਦੀ ਆ ਹਨਾ, ਤੇ ਜਾਣਾ ਹੁੰਦਾ ਵਿਆਹ ਤੇ ਕਹਿੰਦੇ ਆਪਾਂ ਮਰਗ ਜਾਂ ਫਿਰ ਰਿਸ਼ਤੇਦਾਰ ਬਿਮਾਰ ਆ। ਇਹ ਵੀ ਹੁਣ ਆਪਾਂ ਕਿਰਦਾਰ ਥੋੜਾ ਆਪਣਾ ਬਲਵਾਨ ਕਰੀਏ, ਵੀ ਜੇ ਜੇਬ 'ਚ ਕੈਨੇਡੀਅਨ ਪਾਸਪੋਰਟ ਆ ਤੇ ਫਿਰ ਆਓ ਆਪਾਂ ਦਿਮਾਗ ਤੋਂ ਵੀ ਕੈਨੇਡੀਅਨ ਬਣੀਏ ਜੀ। ਉਹ ਦੁਰਉਪਯੋਗ ਆ ਜਿਹੜਾ ਇਹ ਫੈਸਿਲਿਟੀਜ਼, ਯਾਨੀ ਕਿ ਜੇ ਵਾਕਈ ਕਿਸੇ ਨੂੰ ਹੋਵੇ ਤੇ ਫਿਰ ਸਪੋਰਟ ਤਾਂ ਸ਼ਾਇਦ ਅਵੇਲੇਬਲ ਹੈਗੀ ਆ, ਤੇ ਇਹਨਾਂ ਦੀ ਜੋ ਸਿਚੁਏਸ਼ਨ ਆ ਉਸ ਤੇ ਆਪਾਂ ਅਫਸੋਸ ਕਰਦੇ ਹਾਂ ਜੀ, ਇਹਨਾਂ ਦੇ ਇੰਡਾ ਬੰਦਾ ਕਟਾਰੀਆ ਸਾਹਿਬ ਕਰਨਗੇ ਜੀ ਜੀ, ਮੈਨੂੰ ਹੁਣੀ ਮੈਸੇਜ ਆਇਆ ਕਹਿੰਦੇ ਵੀ ਵਿਲ ਗੈਟ ਇਟ ਡਨ, ਸੋ ਤੁਸੀਂ ਕਾਲ ਕਰ ਸਕਦੇ ਹੋ ਉਹਨਾਂ ਨੂੰ। ਤੇ ਜੋਹਲ ਸਾਹਿਬ ਦਾ ਨੰਬਰ ਫਟਾਫਟ ਨੋਟ ਕਰ ਲਓ,
ਤੁਹਾਨੂੰ ਕੋਈ ਪ੍ਰੋਬਲਮ ਤਾਂ ਦੀ ਫੇਸ ਹੋ ਰਹੀ ਹੈ ਤੇ ਤੁਹਾਨੂੰ ਗਾਈਡ ਕਰ ਦੇਣਗੇ ਵਧੀਆ 416-895-3784 416-895-3784 ਜੋਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ